हाँ जी, सत श्री अकाल जी, सारिआं नूं स्वागत है तुहाडा चैनल दे उपर। ते इह जिहड़ी इनफॉर्मेशन है इह हैगी है जी, इंडिया तों इटली जिहड़े आउणा चाहुंदे आ वीर, उहनां दे जिहड़े फ्लाइट दी टिकट जिहड़े कि पहलां बहुत इस चीज़ दी परेशानी सी कि जिहड़ी फ्लाइट दी टिकट है बहुत ज़्यादा सी, हज़ार हज़ार तों उपर सीगियां, 1200-1300 सी। पर हुण जिहड़ियां फ्लाइट दीआं टिकटां उहनां 'च कुछ फ्लाइट्स हैगियां जिहनां आपां डिटेल 'च गल करांगे कि ਕਿਹੜੀਆਂ ਫਲਾਈਟਸ ਆ ਜਿਹੜੀਆਂ 500 ਯੂਰੋ ਤੱਕ ਆਪਾਂ ਨੂੰ ਟਿਕਟ ਪੈ ਸਕਦੀ ਉਹਨਾਂ ਦੀ। ਅਤੇ ਉਸ ਤੋਂ ਬਾਅਦ ਆ ਫਲਾਈਟ ਸ਼ਡਿਊਲ ਯੂਰੋਪ ਲਈ ਬੰਦੇ ਭਾਰਤ ਮਿਸ਼ਨ ਜਿਹੜਾ 5 ਸ਼ੁਰੂ ਕਰਨ ਜਾ ਰਹੀ ਹੈ। 에ਅਰ ਇੰਡੀਆ ਦੀ ਜਿਹੜੀਆਂ ਫਲਾਈਟਾਂ ਚੱਲ ਰਹੀਆਂ ਅਤੇ ਉਹਨਾਂ ਦੇ ਅਕੋਰਡਿੰਗ ਕਿਹੜੇ ਕਿਹੜੀਆਂ ਫਲਾਈਟਾਂ ਜਿਹੜੀਆਂ ਕਿ ਯੂਰਪ ਦੇ ਵਿੱਚ ਆਉਣਗੀਆਂ। ਉਸ ਤੋਂ ਅੱਗੇ ਆ ਕਰਤ ਦੀ ਅਧਿਨਤਾ ਹੁਣ ਬਣੇਗਾ ਡਿਜੀਟਲ, ਕਿਸ ਹਿਸਾਬ ਨਾਲ ਡਿਜੀਟਲ ਬਣੇਗਾ ਇਹਦੇ ਬਾਰੇ ਸਾਰੀ ਡਿਟੇਲ ਦਿਆਂਗੇ। ਸਭ ਤੋਂ ਪਹਿਲਾਂ ਆਪਾਂ ਮੇਨ ਖਬਰ ਦੀ ਗੱਲ ਕਰਦੇ ਹਾਂ ਵੀ ਇੰਡੀਆ ਤੋਂ ਇਟਲੀ ਦੀ ਫਲਾਈਟ ਆ ਜਿਹੜੀ 500 ਯੂਰੋ ਦੀ ਕਿਹੜੀ ਕਿਹੜੀ ਫਲਾਈਟ ਪੈ ਸਕਦੀ ਹੈ ਅਤੇ ਕਿਹੜਾ ਕਿਹੜਾ ਉਹਨੂੰ ਮਤਲਬ ਟਿਕਟ ਲੈ ਸਕਦਾ ਉਹਦੀ ਅਤੇ ਕਿਹਨੂੰ ਉਹ ਟਿਕਟ ਨਹੀਂ ਲੈਣੀ ਚਾਹੀਦੀ। ਅਤੇ 에ਅਰ ਇੰਡੀਆ ਦੀ ਗੱਲ ਕਰਦੇ ਹਾਂ ਕਿ ਇੰਡੀਅਨ ਸਰਕਾਰ ਨੇ ਇੱਕ ਨਵਾਂ ਪ੍ਰੋਗਰਾਮ ਸਟਾਰਟ ਕੀਤਾ ਹੁਣ, ਜਿਹਨੂੰ 에ਅਰ ਬਬਲਸ ਦਾ ਨਾਮ ਦਿੱਤਾ, ਵੀ ਜਿੰਨੀਆਂ ਫਲਾਈਟਾਂ ਕਿਸੇ ਦੀ ਕੰਟਰੀ ਦੇ ਵਿੱਚ ਜਾਣਗੀਆਂ ਉਨੀਆਂ ਹੀ ਫਲਾਈਟਾਂ ਉਸ ਕੰਟਰੀ ਦੀਆਂ ਇੰਡੀਆ ਦੇ ਵਿੱਚ ਵੀ ਆਉਣਗੀਆਂ। ਜਿਵੇਂ ਪਹਿਲਾਂ ਹੁਣ ਜਿਹੜਾ ਇੱਥੇ ਯੂਰਪ ਦੇ ਵਿੱਚ ਸ਼ੁਰੂ ਕੀਤਾ ਹੋਇਆ ਅਤੇ ਇੰਡੀਅਨ ਗੌਰਮੈਂਟ ਨੇ ਹਾਲੇ ਤੱਕ ਜਿਹੜਾ ਦੋ ਕੰਟਰੀਆਂ ਨਾਲ ਉਹਨਾਂ ਦਾ ਸਮਝੌਤਾ ਹੋਇਆ, ਇੱਕ ਤਾਂ ਜਰਮਨ ਨਾਲ ਅਤੇ ਦੂਸਰਾ ਫਰਾਂਸ ਨਾਲ। ਇੱਕ ਤਾਂ 에ਅਰ ਫਰਾਂਸ ਹੈ, ਜਿੰਨੀਆਂ 에ਅਰ ਇੰਡੀਆ ਦੀਆਂ ਫਲਾਈਟਾਂ ਫਰਾਂਸ ਆਉਣਗੀਆਂ ਉਨੀਆਂ ਹੀ 에ਅਰ ਫਰਾਂਸ ਦੀਆਂ ਜਿਹੜੀਆਂ ਫਲਾਈਟਸ ਹੈ ਉਹ ਇੰਡੀਆ ਜਾਣਗੀਆਂ। ਉਸ ਤੋਂ ਬਾਅਦ ਜਰਮਨ ਦੀਆਂ ਜਿੰਨੀਆਂ ਫਲਾਈਟਸ ਇੰਡੀਆ ਜਾਣਗੀਆਂ ਉਨੀਆਂ ਹੀ 에ਅਰ ਇੰਡੀਆ ਦੀਆਂ ਫਲਾਈਟਸ ਹੈ ਜਿਹੜੀਆਂ ਉਹ ਜਰਮਨ ਆਉਣਗੀਆਂ। ਅਤੇ ਉਸ ਹਿਸਾਬ ਨਾਲ ਜਿਹੜੀਆਂ ਫਲਾਈਟਸ ਹੈ ਹੁਣ, ਪਹਿਲਾਂ ਜਿਵੇਂ ਹਫ਼ਤੇ 'ਚ ਇੱਕ ਫਲਾਈਟ ਆਉਂਦੀ ਸੀ ਜਾਂ ਦੋ ਫਲਾਈਟਾਂ ਆਉਂਦੀਆਂ ਸੀ, ਹੁਣ ਹਫ਼ਤੇ 'ਚ ਤਕਰੀਬਨ 4-4 ਫਲਾਈਟਾਂ, 5-5 ਫਲਾਈਟਾਂ ਆਉਣਗੀਆਂ। ਅਤੇ ਕੁਛ 에ਅਰ ਇੰਡੀਆ ਵੱਲੋਂ ਆਉਣਗੀਆਂ, ਕੁਛ 에ਅਰ ਫਰਾਂਸ ਵੱਲੋਂ ਆਉਣਗੀਆਂ, ਜਾਂ ਕੁਛ ਜਿਵੇਂ ਆਪਾਂ ਜਰਮਨ 'ਚ ਆਉਣਗੀਆਂ, ਜਰਮਨ ਤੋਂ ਗਾਂ ਇਟਲੀ ਨੂੰ ਵੀ ਉਹ ਫਲਾਈਟਸ ਮਤਲਬ ਆਉਣਗੀਆਂ। ਜਿਵੇਂ ਆਪਾਂ ਨੂੰ ਪਤਾ ਹੀ ਹੈ ਜੇ KLM ਚੱਲਦੀ ਪਈ ਹੈ ਜਾਂ ਲੁਫਥਾਂਸਾ ਏਅਰਲਾਈਨ ਚੱਲਦੀ ਪਈ ਹੈ, ਅਤੇ ਹੁਣ 에ਅਰ ਫਰਾਂਸ ਵੀ ਸ਼ੁਰੂ ਹੋ ਜਾਏਗੀ, ਇਹਨਾਂ ਦੀਆਂ ਵੀ ਫਲਾਈਟਸ ਆਉਣੀਆਂ ਸ਼ੁਰੂ ਹੋ ਜਾਣਗੀਆਂ। ਫਲਾਈਟਸ ਦੇ ਟਿਕਟ ਕਿਹਨੂੰ ਕਿਹਨੂੰ ਲੈਣੀ ਚਾਹੀਦੀ ਹੈ? ਇਹਨਾਂ ਫਲਾਈਟਸ 'ਤੇ ਜਿਵੇਂ ਆਪਾਂ ਪਹਿਲਾਂ ਹੀ ਦੱਸਿਆ ਹੈ, ਜਿਹੜੇ ਇਹ ਕਿਉਂਕਿ ਡਾਇਰੈਕਟ ਫਲਾਈਟ ਹੈ ਜਿਹੜੀ ਤੁਸੀਂ ਆਲੇ ਇਟਾਲੀਆ ਦੀ ਫਲਾਈਟ ਲੈਣੀ ਹੈ, ਅਤੇ ਉਹਦੇ ਵਿੱਚ ਤੁਹਾਨੂੰ ਜਿਹੜੇ ਜਿਨ੍ਹਾਂ ਦੀ ਸਜੋਨ ਨੂੰ ਐਕਸਪਾਇਰਡ ਸਜੋਨ ਵਾਲੇ ਆ ਸਕਦੇ ਆ, ਜਾਂ ਵੀਜ਼ੇ ਵਾਲੇ ਆ ਸਕਦੇ ਆ, ਜਾਂ ਜਿਹੜੇ ਰਿਸ਼ਵਤ ਵਾਲੇ ਆ ਸਕਦੇ, ਬਟ ਇਹਨਾਂ ਫਲਾਈਟਸ ਦੇ ਵਿੱਚ ਉਹ ਨਹੀਂ ਆ ਸਕਦੇ ਗੇ ਜੇ ਨਾ ਤਾਂ ਐਕਸਪਾਇਰ ਸਜੋਨ ਵਾਲਾ ਆ ਸਕਦਾ, ਨਾ ਰਿਸ਼ਵਤ ਵਾਲਾ ਆ ਸਕਦਾ, ਅਤੇ ਨਾ ਹੀ ਵੀਜ਼ੇ ਵਾਲਾ ਆ ਸਕਦਾ। ਸਿਰਫ ਉਹ ਆ ਸਕਦੇ ਆ ਜਿਨ੍ਹਾਂ ਕੋਲ ਜਿਹੜੀ ਪਰਮੇਸ਼ੁਰ ਦੀ ਸਜੋਨ ਉਹ ਵੈਲਿਡ ਹੈਗੀ ਹੈ, ਜਾਂ ਜਿਹੜੇ ਸਿਟੀਜ਼ਨ ਹੈਗੇ ਆ ਉਹ ਆ ਸਕਦੇ ਆ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਗੀ। ਅਤੇ ਉਹਨਾਂ ਨੂੰ ਜਿਹੜੀ ਟਿਕਟ ਹੈ ਤਕਰੀਬਨ 500 ਯੂਰੋ ਜਾਂ 550 ਯੂਰੋ ਦੇ ਵਿੱਚ ਤਕਰੀਬਨ ਮਿਲ ਸਕਦੀ ਹੈ, ਠੀਕ ਹੈ ਵੀ, ਕਿਉਂਕਿ 500 ਯੂਰੋ ਤੋਂ ਇਹ ਜਿਹੜੀਆਂ ਫਲਾਈਟਸ ਦੀਆਂ ਟਿਕਟ ਸ਼ੁਰੂ ਹੋ ਜਾਂਦੀਆਂ। ਜੇ ਇਸ ਤੋਂ ਘੱਟ ਵੀ ਮਿਲ ਸਕਦੀਆਂ ਜੇ ਤੁਸੀਂ ਆਪਣੇ ਨਾਲ ਲਗੇਜ ਵਗੈਰਾ ਨਹੀਂ ਲੈ ਕੇ ਆਉਂਦੇ, ਸਿਰਫ ਹੈਂਡ ਕੈਰੀ ਲੈ ਕੇ ਆਉਂਦੇ ਆ, ਅਤੇ ਜਿਹੜੀ ਟਿਕਟ ਹੈ ਇਸ ਤੋਂ ਵੀ ਤੁਹਾਨੂੰ ਘੱਟ ਰੇਟ 'ਤੇ ਮਿਲ ਸਕਦੀ ਹੈ। ਅਤੇ ਮੇਨ ਗੱਲ ਜਿਹੜੀ ਤੁਹਾਨੂੰ ਦੱਸ ਹੀ ਦਿੱਤੀ ਹੈ ਕਿ ਜਿਹੜੀ ਪਰਮੇਸ਼ੁਰ ਦੀ ਸਜੋਨ ਉਹ ਵੈਲਿਡ ਹੈ, ਅਤੇ ਜਾਂ ਜਿਹੜੇ ਸਿਟੀਜ਼ਨ ਹੈ ਉਹਨੂੰ ਆ ਸਕਦੇ ਆ, ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ। ਜਿਨ੍ਹਾਂ ਦੀਆਂ ਸਜੋਨ ਨੂੰ ਐਕਸਪਾਇਰ ਹੋ ਚੁੱਕੀਆਂ ਜਾਂ ਰਿਸ਼ੀਬੁੱਤੇ ਵਾਲੇ ਆ ਜਾਂ ਵੀਜ਼ੇ ਵਾਲੇ ਆ, ਉਹਨਾਂ ਵਾਸਤੇ ਡਾਇਰੈਕਟ ਫਲਾਈਟ ਜਿਹੜੀਆਂ ਆਲੇ ਇਟਾਲੀਆ ਦੀ ਫਲਾਈਟ ਹੈ ਉਹਦੀ ਮੈਂ ਵੀਡੀਓ ਅਲੱਗ ਬਣਾਊਂਗਾ, ਜਿਵੇਂ ਵੀ ਕੋਈ ਅਪਡੇਟ ਆਉਂਦੀ ਹੈ ਮੈਂ ਉਹਦੇ ਬਾਰੇ ਤੁਹਾਨੂੰ ਸੂਚਿਤ, ਜਿਵੇਂ ਪਹਿਲਾਂ ਵੀ ਕਰਦਾ ਅਤੇ ਹੁਣ ਅੱਗੇ ਵੀ ਕਰਦਾ ਰਹੂੰਗਾ, ਕਿ ਜਦੋਂ ਵੀ ਕੋਈ ਫਲਾਈਟ ਆਉਂਦੀ ਹੈ ਉਹਦੇ ਥਰੂ ਤੁਸੀਂ ਆ ਸਕਦੇ ਹੋ। ਉਸ ਤੋਂ ਅੱਗੇ ਗੱਲ ਕਰਦੇ ਹਾਂ ਜੀ ਫਲਾਈਟਸ ਦਾ ਜਿਹੜਾ ਸ਼ਡਿਊਲ ਹੈ ਵੰਦੇ ਭਾਰਤ ਮਿਸ਼ਨ। ਇਹ ਤਾਂ ਜਿਹੜੀਆਂ ਫਲਾਈਟਸ ਹੈ ਜਦੋਂ ਤੁਸੀਂ ਟਿਕਟ ਪਰਚੇਜ਼ ਕਰੋਗੇ ਕਿਸੇ ਵੀ ਏਜੰਸੀ ਕੋਲੋਂ, ਉਹਦੇ ਕੋਲੋਂ ਤੁਹਾਨੂੰ ਪੂਰੀ ਡਿਟੇਲ ਮਿਲ ਜਾਏਗੀ, ਕਿਉਂਕਿ ਹਫ਼ਤੇ ਦੀਆਂ 4-4, 5-5 ਫਲਾਈਟਾਂ ਆਉਣਗੀਆਂ, ਯਾਨੀ ਅਗਸਤ 'ਚ ਸ਼ੁਰੂ ਹੋ ਗਈਆਂ ਇਹ ਸਾਰੀਆਂ, ਯਾਨੀ ਕਿ ਜਿਹੜਾ 에ਅਰ ਬਬਲਸ ਹੈ ਫਰਾਂਸ ਨਾਲ ਅਤੇ ਜਰਮਨ ਨਾਲ ਸ਼ੁਰੂ ਹੋ ਜਾਏਗਾ। ਉਸ ਤੋਂ ਬਾਅਦ ਤੁਸੀਂ ਟਿਕਟ ਲੈ ਸਕਦੇ ਹੋ ਅਗਸਤ ਦੇ ਵਿੱਚ, ਅਤੇ ਤਕਰੀਬਨ ਤੁਹਾਨੂੰ ਇਸ ਰੇਟ ਦੇ ਹਿਸਾਬ ਨਾਲ ਟਿਕਟ ਮਿਲ ਸਕਦੀ ਹੈ। ਅਤੇ ਅੱਗੇ ਗੱਲ ਕਰਦੇ ਹਾਂ ਜਿਹੜਾ ਵੰਦੇ ਭਾਰਤ ਮਿਸ਼ਨ ਵੱਲੋਂ ਜਿਹੜਾ 에ਅਰ ਇੰਡੀਆ ਦੀਆਂ ਫਲਾਈਟਸ ਯੂਰਪ 'ਚ ਆਉਣਗੀਆਂ, ਉਹਨਾਂ ਦੀ ਡਿਟੇਲ ਦੀ ਗੱਲ ਕਰਦੇ ਹਾਂ। ਜਿਵੇਂ ਤੁਸੀਂ ਵੇਖ ਹੀ ਰਹੇ ਹੋ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦੀ ਵੈਬਸਾਈਟ 'ਤੇ ਆ ਵੰਦੇ ਭਾਰਤ ਮਿਸ਼ਨ ਦੀ ਲਿਸਟ ਆਫ ਫਲਾਈਟ ਹੈ ਵੀ ਕਿਹੜੀਆਂ ਕਿਹੜੀਆਂ ਫਲਾਈਟਸ ਹੈ, ਕਦੋਂ ਕਦੋਂ ਆ ਰਹੀਆਂ ਅਤੇ ਕਿਹੜੇ ਕਿਹੜੇ ਦੇਸ਼ ਨੂੰ ਆ ਰਹੀਆਂ। ਆਪਾਂ ਮੇਨ ਗੱਲ ਕਰਾਂਗੇ ਯੂਰਪ ਦੀ, ਕਿਉਂਕਿ ਪਹਿਲਾਂ ਸਭ ਤੋਂ ਬਹਿਰੀਨ ਦੱਸੇਗੇ, ਉਸ ਤੋਂ ਬਾਅਦ ਚਾਈਨਾ, ਆਪਾਂ ਗੱਲ ਕਰਦੇ ਹਾਂ ਫਰਾਂਸ। ਫਰਾਂਸ 'ਚ ਜਿਹੜੀਆਂ 에ਅਰ ਇੰਡੀਆ ਦੀਆਂ ਜਿਹੜੀਆਂ ਫਲਾਈਟਸ ਹੈ ਦਿੱਲੀ ਤੋਂ, ਯਾਨੀ ਕਿ ਪੈਰਿਸ ਹੋਣਗੀਆਂ ਫਲਾਈਟਸ, ਉਹਨਾਂ ਦੀ ਡਿਟੇਲ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲੀ ਜਿਹੜੀ ਫਲਾਈਟ ਹੈ 2 ਅਗਸਤ ਨੂੰ ਆ ਰਹੀ ਹੈ, ਠੀਕ ਹੈ ਜੀ, 10 ਵਜੇ ਰਾਤ ਨੂੰ ਚੱਲੇਗੀ। ਉਸ ਤੋਂ ਬਾਅਦ 5 ਅਗਸਤ ਨੂੰ, ਫਿਰ 7 ਅਗਸਤ ਨੂੰ, ਫਿਰ ਉਸ ਤੋਂ ਬਾਅਦ 9 ਅਗਸਤ ਨੂੰ, 12 ਨੂੰ, 14 ਨੂੰ, 16 ਨੂੰ,
19 ਨੂੰ 21 ਨੂੰ 23 ਨੂੰ 26 ਨੂੰ 28 ਨੂੰ 30 ਨੂੰ ਇਹ ਹੈ ਜਿਹੜੀਆਂ ਫਰਾਂਸ ਮਤਲਬ ਜਿਹੜੀਆਂ 에ਅਰ ਇੰਡੀਆ ਦੀਆਂ ਜਾਂ ਫਲਾਈਟਸ ਆਉਣਗੀਆਂ ਉਸ ਤੋਂ ਬਾਅਦ ਜਰਮਨ ਦੀ ਗੱਲ ਕਰਦੇ ਆਂ ਦਿੱਲੀ ਤੋਂ ਜਿਹੜੀਆਂ ਫ੍ਰੈਂਕਫਰਟ ਫਲਾਈਟਸ ਆਉਣੀਆਂ ਜਰਮਨ ਦੇ ਵਿੱਚ ਫਲਾਈਟਸ ਆਉਣੀਆਂ 1 ਤਰੀਕ ਸੌਰੀ 1 ਹਾਂਜੀ 1 ਅਗਸਤ ਨੂੰ 9:15 ਵਜੇ ਚੱਲਣੀਆਂ ਫਲਾਈਟ ਤੇ ਉਸ ਤੋਂ ਬਾਅਦ 3 ਅਗਸਤ ਨੂੰ ਫਿਰ 4 ਅਗਸਤ ਨੂੰ 6 ਅਗਸਤ ਨੂੰ 8 ਨੂੰ 10 ਨੂੰ 11 ਅਗਸਤ 13 ਅਗਸਤ 15 17 18 20 22 24 ਤੇ 25 27 29 ਤੇ 31 ਅਗਸਤ ਨੂੰ ਇਹ ਜਿਹੜੀਆਂ ਇਹ ਫਲਾਈਟਸ ਹੈ ਜਿਹੜੀਆਂ ਜਰਮਨ ਆਉਣਗੀਆਂ ਜਿਹੜੇ ਫ੍ਰੈਂਕਫਰਟ ਪਹੁੰਚਣਗੀਆਂ ਇਹ ਜਿਹੜੀ ਮੇਨ ਜਿਹੜੀਆਂ ਯੂਰਪ ਦੇ ਵਿੱਚ ਫਲਾਈਟਸ ਹੋਰ ਵੀ ਚੱਲ ਰਹੀਆਂ ਸੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕੁਵੈਤ 'ਚ ਜਾਂ ਕਜ਼ਾਕਿਸਤਾਨ 'ਚ ਕਤਰ 'ਚ ਜਾਂ ਯੂ ਐਸ ਏ ਦੇ ਵਿੱਚ ਸਾਊਦੀ ਅਰਬੀਆ ਸਭ ਤੋਂ ਜ਼ਿਆਦਾ ਫਲਾਈਟਸ ਹੈ ਜਿਹੜੀਆਂ ਯੂ ਐਸ ਏ ਜਾਣਗੀਆਂ ਬਹੁਤ ਜ਼ਿਆਦਾ ਫਲਾਈਟਸ ਹੈ ਤਕਰੀਬਨ 100 ਦੇ ਕਰੀਬ ਹੈ ਜਿਹੜੀ ਫਲਾਈਟਸ ਯੂ ਐਸ ਏ ਜਾਏਗੀ ਇਹਨਾਂ ਦੀ ਵੰਦੇ ਭਾਰਤ ਮਿਸ਼ਨ ਦੇ ਥਰੂ ਅਤੇ ਇਸ ਤੋਂ ਜ਼ਿਆਦਾ ਫਲਾਈਟਸ ਹੈ ਜਿਹੜੀਆਂ ਯੂ ਐਸ ਏ ਤੋਂ ਇੰਡੀਆ ਨੂੰ ਆਉਣਗੀਆਂ ਜਿਹੜੀਆਂ ਯੂ ਐਸ ਏ ਦੀ ਮਤਲਬ ਉਹਨਾਂ ਦੇ ਵੱਲੋਂ ਜਿਹੜੀਆਂ ਭੇਜੀਆਂ ਜਾਣਗੀਆਂ ਅੱਗੇ ਜੀ ਗੱਲ ਕਰਦੇ ਹਾਂ ਜਿਹੜਾ ਕਰਤਾ ਦੀ ਅਜੈਂਟਾ ਜਿਹੜਾ ਯਾਨੀ ਕਿ ਆਪਾਂ ਇੰਡੀਆ ਸ਼ਨਾਖਤੀ ਕਾਰਡ ਵੀ ਕਹਿ ਦਿੰਦੇ ਇੱਕ ਤਰ੍ਹਾਂ ਦਾ ਆਪਣਾ ਇੱਥੇ ਸ਼ਨਾਖਤੀ ਕਾਰਡ ਜਿਹੜਾ ਬਣਦਾ ਹੈ ਕਰਤਾ ਦੀ ਅਜੈਂਟੀ ਦਾ ਬਣਦਾ ਉਹ ਹੁਣ ਸਰਕਾਰ ਨੂੰ ਡਿਜੀਟਲ ਕਰਨ ਜਾ ਰਹੀ ਹੈ ਡਿਜੀਟਲ ਦਾ ਕਹਿਣ ਦਾ ਮਤਲਬ ਹੈ ਕਿ ਇੱਕ ਸਰਕਾਰ ਤੁਹਾਡੇ ਫੋਨ ਦੇ ਵਿੱਚ ਤੁਸੀਂ ਐਪ ਇੰਸਟਾਲ ਕਰੋਗੇ ਉਹਦੇ ਵਿੱਚ ਉਹਦਾ ਬਾਰਕੋਡ ਹੋਏਗਾ ਅਤੇ ਉਹ ਤੁਹਾਨੂੰ ਕਿਤੇ ਵੀ ਜ਼ਰੂਰੀ ਨਹੀਂ ਵੀ ਹਰ ਜਗ੍ਹਾ 'ਤੇ ਤੁਹਾਨੂੰ ਆਪਣਾ ਕਰਤਾ ਦੀ ਅਜੈਂਟੀ ਦਾ ਨਾਲ ਰੱਖਣਾ ਪਏਗਾ ਅਤੇ ਉਹ ਵੀ ਤੁਹਾਡਾ ਕੰਮ ਕਰੇਗਾ ਕਰਤਾ ਦੀ ਅਜੈਂਟੀ ਦੀ ਜਗ੍ਹਾ 'ਤੇ ਜੇ ਤੁਹਾਨੂੰ ਕਿਤੇ ਜ਼ਰੂਰਤ ਪੈਂਦੀ ਹੈ ਇਹ ਜਲਦੀ ਹੀ ਸਰਕਾਰ ਨੇ ਇਹ ਚੀਜ਼ ਹਾਲੇ ਸ਼ੋਅ ਕੀਤੀ ਹੈ ਵੀ ਜਲਦੀ ਹੀ ਇਹਨੂੰ ਇਹ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਜਿਹੜੇ ਹੈ ਕੋਸ਼ਿਸ਼ ਕਰਨ ਕਿ ਜਿਨ੍ਹਾਂ ਕੋਲ ਕਰਤਾ ਦੀ ਅਜੈਂਟੀ ਦਾ ਨੋਰਮਲ ਹੈ ਕਾਪੀ ਵਾਲੇ ਆ ਉਹ ਚੇਂਜ ਕਰਾ ਕੇ ਜਿਹੜਾ ਆਪਣਾ ਕਰਤਾ ਦੀ ਅਜੈਂਟੀ ਦਾ ਇਲੈਕਟ੍ਰੋਨਿਕ ਕਰਾ ਲੈਣ ਕਿਉਂਕਿ ਉਹਦੇ ਵੀ ਬਹੁਤ ਜ਼ਿਆਦਾ ਫਾਇਦੇ ਆ ਅਤੇ ਸਰਕਾਰ ਉਹਨੂੰ ਵੀ ਓਬਲੀਗੋ ਕਰਨ ਜਾ ਰਹੀ ਹੈ ਤਕਰੀਬਨ ਫਰਵਰੀ ਤੱਕ ਉਹ ਵੀ ਓਬਲੀਗੋ ਹੋ ਜਾਏਗਾ ਅਤੇ ਜਿਹੜੇ ਇਹਨੂੰ ਵੈਸੇ ਵੀ ਡਿਜੀਟਲ ਕਰ ਦਿੱਤਾ ਜਾਏਗਾ ਅਤੇ ਜਿਹੜੇ ਵੀ ਫੋਨ ਦੇ ਵਿੱਚ ਜਿੱਥੇ ਵੀ ਆਪਾਂ ਨੂੰ ਜ਼ਰੂਰਤ ਪੈਂਦੀ ਹੈ ਵੀ ਹਰ ਜਗ੍ਹਾ 'ਤੇ ਕਿਸੇ ਟਾਈਮ ਕਿਸੇ ਕੋਲ ਕਰਤਾ ਦੀ ਅਜੈਂਟੀ ਦਾ ਹੁੰਦਾ ਜਾਂ ਨਹੀਂ ਹੁੰਦਾ ਅਤੇ ਉਹਦੇ ਵਿੱਚ ਇੱਕ ਜਿਹੜੇ ਬਾਰਕੋਡ ਹੋਏਗਾ ਉਹਦੇ ਥਰੂ ਉਹ ਸਾਰਾ ਕੁਛ ਲੇਜੇ ਕਰ ਲਏਗਾ ਜਿੱਥੇ ਆਪਾਂ ਨੂੰ ਜ਼ਰੂਰਤ ਹੋਊਗੀ ਕਰਤਾ ਦੀ ਅਜੈਂਟੀ ਦੀ ਅਤੇ ਓਕੇ ਜੀ ਇਹ ਸੀ ਜਾਣਕਾਰੀ ਕਿੱਦਾਂ ਲੱਗੀ ਤੁਹਾਨੂੰ ਜਾਣਕਾਰੀ ਜੇ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਦੇ ਜਿਹੜੇ ਮੇਰੇ ਵੀ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣ ਤਾਂ ਕਿ ਜਿਹੜੀ ਵੀ ਨਵੀਂ ਮੈਂ ਅਪਡੇਟ ਪਾਵਾਂ ਉਹਨਾਂ ਨੂੰ ਮਿਲ ਸਕੇ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਿਲਦੇ ਨਵੀਂ ਕਿਸੇ ਅਪਡੇਟ ਨਾਲ